कर सोग प्या अज तरती दीरू कंब गई ते अंबर हो ਸਸਕਾਲ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ ਜੋ ਕਿ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲੰਬੀਆਂ ਦਾ ਕਤਲ ਹੋਇਆ ਉਹਦੇ ਸੰਬੰਧ 'ਚ ਕਿ ਬਹੁਤ ਹੀ ਮਾੜੀ ਜਿਹੜੀ ਇੱਕ ਦੁਖਦਾਇਕ ਘਟਨਾ ਹੈ ਸ਼ਬਦਾਂ ਦੇ ਵਿੱਚ ਬਿਆਨ ਆਪਾਂ ਨਹੀਂ ਕਰ ਸਕਦੇ ਕਿ ਇੱਕ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਜਿਹੜਾ ਉਹ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਪ੍ਰਤੀਕਿਰਿਆ ਆਈ ਵੱਖ ਵੱਖ ਲੀਡਰਾਂ ਦੁਆਰਾ ਸਿਆਸੀ ਬੰਦਿਆਂ ਦੁਆਰਾ ਵੱਖ ਵੱਖ ਲੋਕਾਂ ਦੁਆਰਾ ਹਰ ਬੰਦੇ ਨੇ ਦੁੱਖ ਜ਼ਾਹਰ ਕੀਤਾ ਔਰ ਆਪੋ ਆਪਣੀ ਰਾਏ ਜਿਹੜੀ ਉਹ ਰੱਖੀ ਹੈ ਮੈਂ ਅੱਜ ਦੇਖ ਰਿਹਾ ਸੀ ਕਿ ਸੰਦੀਪ ਨੂੰ ਇਨਸਾਫ਼ ਦਿਵਾਉਣ ਲਈ ਉਹਦੇ ਕਾਤਲਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਈ ਕਈ ਥਾਈਂ ਜਿਹੜੇ ਮੋਮਬੱਤੀ ਮਾਰਚ ਰੱਖੇ ਗਏ ਆ ਤਾਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਹਾਂ ਕਿ ਇਸ ਕਤਲ ਦੇ ਪਿੱਛੇ ਅਸਲ ਕਾਰਨ ਕੀ ਨੇ ਜਾਂ ਜਿਹੜੀ ਕਬੱਡੀ ਸਾਡੀ ਆਪਾਂ ਕਹਿੰਦੇ ਹਾਂ ਕਿ ਮਾਂ ਖੇਡ ਹੈ ਪੰਜਾਬੀਆਂ ਦੀ ਜਿਹੜੀ ਖੇਡ ਨੇ ਪੰਜਾਬੀਆਂ ਦਾ ਨਾਂ ਦੁਨੀਆ ਦੇ ਵਿੱਚ ਉੱਚਾ ਕੀਤਾ ਜਿਹੜੀ ਖੇਡ ਦੇ ਸਦਕਾ ਪੰਜਾਬੀਆਂ ਨੇ ਪੂਰੀ ਦੁਨੀਆ ਦੇ ਵਿੱਚ ਦੌਲਤ ਸ਼ੌਹਰਤ ਬੜੇ ਮਾਣ ਸਨਮਾਨ ਬੜੇ ਨਾਮ ਖੱਟੇ ਆ ਉਹ ਕੌਡੀ ਹੈ ਜਿਹੜੀ ਕਹਿੰਦੇ ਕਿਸੇ ਟਾਈਮ ਕੱਖਾਂ ਦੀ ਹੁੰਦੀ ਸੀ ਅੱਜ ਲੱਖਾਂ ਤੋਂ ਕਰੋੜਾਂ ਦੀ ਬਣ ਗਈ ਆ ਪਰ ਇਹ ਜਿਹੜੀ ਕਹਾਣੀ ਆ ਸਾਰੇ ਆਪਾਂ ਜਾਣਦੇ ਹਾਂ ਦੇਖੋ ਇਹੋ ਜਿਹੀ ਗੱਲ ਨਹੀਂ ਹੈਗੀ ਥੋੜ੍ਹੇ ਜਿਹੇ ਬੰਦਿਆਂ ਨੂੰ ਛੱਡ ਕੇ ਚੰਦ ਕੁ ਬੰਦਿਆਂ ਨੂੰ ਛੱਡ ਕੇ ਮੈਨੂੰ ਲੱਗਦਾ ਕਿ ਜਿਹੜੇ ਵਿਚਾਰੇ ਦਰਸ਼ਕ ਹੁੰਦੇ ਆ ਦੇਖਣ ਚਲੇ ਜਾਂਦੇ ਆ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਪਰ ਜ਼ਿਆਦਾਤਰ ਮੈਂ ਦੇਖਦਾ ਕਿ ਬਹੁਤ ਲੋਕਾਂ ਨੂੰ ਇਹਦੇ ਬਾਰੇ ਪਤਾ ਜਿੰਨੀਆਂ ਕਬੱਡੀ ਫੈਡਰੇਸ਼ਨਾਂ ਨੇ ਕਲੱਬਾਂ ਨੇ ਉਹਨਾਂ ਦੇ ਕੋਚ ਨੇ ਉਹਨਾਂ ਦੇ ਪ੍ਰਬੰਧਕ ਨੇ ਚਾਹੇ ਉਹ ਇੱਧਰ ਰਹਿੰਦੇ ਆ ਪੰਜਾਬ ਦੇ ਵਿੱਚ ਜਾਂ ਉਹ ਬਾਹਰਲੇ ਮੁਲਕਾਂ 'ਚ ਬੈਠੇ ਨੇ ਜਿੰਨੇ ਵੀ ਕਬੱਡੀ ਖੇਡਣ ਵਾਲੇ ਖਿਡਾਰੀ ਨੇ ਸਾਰਿਆਂ ਨੂੰ ਮੈਨੂੰ ਲੱਗਦਾ ਤਕਰੀਬਨ ਇਹ ਜਿਹੜੀ ਸਾਰੀ ਕਹਾਣੀ ਹੈ ਉਹਦਾ ਪਤਾ ਹੈ ਪਰ ਬੋਲਣ ਨੂੰ ਕੋਈ ਤਿਆਰ ਨਹੀਂ ਹੈਗਾ ਦੇਖੋ ਸਭ ਤੋਂ ਮਾੜੀ ਗੱਲ ਸਾਡੀ ਅੱਜ ਮੈਨੂੰ ਲੱਗਦਾ ਕਿ ਪੰਜਾਬੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ ਕਿ ਪੰਜਾਬੀ ਲੋਕ ਨੇ ਜਿਹੜੇ ਹਮੇਸ਼ਾ ਜ਼ੁਲਮ ਦਾ ਸਾਹਮਣਾ ਕਰਨ ਵਾਲੇ ਨੇ ਟਾਕਰਾ ਕਰਨ ਵਾਲੇ ਨੇ ਲੜਨ ਵਾਲੇ ਨੇ ਬਹਾਦਰ ਮਾਰਸ਼ਲ ਕੌਮ ਹੈ ਜ਼ੁਲਮ ਦਾ ਧੱਕੇ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਅੱਜ ਸਾਡੇ ਨਾਲ ਜਿਹੜਾ ਧੱਕਾ ਲਗਾਤਾਰ ਹੋ ਰਿਹਾ ਅਸੀਂ ਜਾਣਦੇ ਹੋਏ ਵੀ ਚੁੱਪ ਹਾਂ ਹੁਣ ਇਹ ਬੋਲਣ ਨੂੰ ਮੈਂ ਮੇਰੀ ਕਈ ਖਿਡਾਰੀਆਂ ਨਾਲ ਵੀ ਗੱਲ ਹੋਈ ਹੈ ਮੇਰੀ ਕਈ ਜਿਹੜੇ ਕਬੱਡੀ ਫੈਡਰੇਸ਼ਨ ਵਾਲੇ ਉਹਨਾਂ ਨਾਲ ਵੀ ਗੱਲ ਹੋਈ ਹੈ ਮੈਂ ਕਿਹਾ ਵੀ ਤੁਹਾਨੂੰ ਇਸ ਮਸਲੇ 'ਤੇ ਬੋਲਣਾ ਚਾਹੀਦਾ ਕਿ ਅਸਲ ਇਹ ਮਸਲਾ ਹੈ ਕੀ ਆ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਦਿਆਂ ਕਿ ਜਿਹੜਾ ਵੀ ਕੋਈ ਆਹ ਚੈਨਲ ਜੇ ਉਹਨਾਂ ਨੇ ਮੇਰੀ ਇਹ ਗੱਲਬਾਤ ਨੂੰ ਪਾਉਣਾ ਹੁੰਦਾ ਕਿਸੇ ਆਪਣੇ ਚੈਨਲ ਦੇ ਉੱਤੇ ਤਾਂ ਪੂਰੀ ਪਾਇਆ ਕਰੋ ਕੱਟ ਵੱਢ ਕੇ ਨਾ ਪਾਇਆ ਕਰੋ ਇਹ ਪੂਰੀ ਗੱਲ ਮੈਂ ਕਬੱਡੀ ਦੇ ਸੰਦਰਭ 'ਚ ਕਰਨ ਲੱਗਿਆਂ ਅਤੇ ਮੈਂ ਕੀ ਗੱਲ ਕਰਨ ਲੱਗਿਆਂ ਤਾਂ ਉਹ ਸਾਰੀ ਮੇਰੀ ਗੱਲਬਾਤ ਜੇ ਪਾਉਣੀ ਹੈ ਤਾਂ ਪੂਰੀ ਪਾਇਓ ਵਿੱਚੋਂ ਕੱਟ ਵੱਢ ਕੇ ਨਾ ਪਾਇਓ ਕਬੱਡੀ ਨੂੰ ਦੋ ਚੀਜ਼ਾਂ ਨੇ ਖਾਤਮੇ ਵੱਲ ਤੋਰਤਾ ਪਹਿਲਾ ਜਿਹੜਾ ਗੈਂਗਸਟਰਵਾਦ ਬਦਮਾਸ਼ਾਂ ਦਾ ਦਬਦਬਾ ਕਬੱਡੀ ਦੇ ਵਿੱਚ ਆਉਣਾ ਉਹਨਾਂ ਦੀ ਦਖਲਅੰਦਾਜ਼ੀ ਕਬੱਡੀ ਦੇ ਵਿੱਚ ਆਉਣੀ ਅਤੇ ਦੂਜਾ ਜਿਹੜਾ ਨਸ਼ਾ ਕਬੱਡੀ ਨੂੰ ਖਾਤਮੇ ਵੱਲ ਲੈ ਤੁਰਿਆ ਅਸੀਂ ਸਾਰਾ ਕੁਝ ਜਾਣਦੇ ਹੋਏ ਖਾਸ ਕਰਕੇ ਜਿਹੜੇ ਇਹਨਾਂ ਦੇ ਕਰਤਾ ਧਰਤਾ ਨੇ ਕਬੱਡੀ ਦੇ ਕਰਤੇ ਧਰਤੇ ਨੇ ਜਿਨ੍ਹਾਂ ਨੇ ਇਸ ਕਬੱਡੀ ਨੂੰ ਸਿਖਰਾਂ ਵੱਲ ਲੈ ਕੇ ਜਾਣਾ ਸੀ ਜਿਹੜੇ ਕਹਿੰਦੇ ਸੀ ਕਬੱਡੀ ਅਸੀਂ ਓਲੰਪਿਕ ਤੱਕ ਲੈ ਕੇ ਜਾਣੀ ਆ ਉਹਨਾਂ ਬੰਦਿਆਂ ਨੇ ਜਾਣਦੇ ਹੋਏ ਵੀ ਦੇਖੋ ਇਸ ਕਬੱਡੀ ਨੂੰ ਠੀਕ ਹੈ ਇਹ ਅੱਜ ਗਲੈਮਰ ਦੀ ਕਬੱਡੀ ਬਣ ਗਈ ਅੱਜ ਪੈਸੇ ਦੀ ਕਬੱਡੀ ਬਣ ਗਈ ਅੱਜ ਬੜੀ ਚਕਾਚੌਂਦ ਹੈ ਬੜੀ ਸ਼ੌਹਰਤ ਹੈ ਕਬੱਡੀ ਦੇ ਵਿੱਚ ਬੜਾ
ਪੈਸਾ ਆ ਗਿਆ ਕਬੱਡੀ ਦੇ ਵਿੱਚ। ਜਿੱਥੇ ਜਿੱਥੇ ਪੈਸਾ ਕਬੱਡੀ ਦੇ ਵਿੱਚ ਆਇਆ ਉੱਥੇ ਉੱਥੇ ਕਬੱਡੀ ਦੇ ਖਾਤਮੇ ਵੱਲ ਵੀ ਇਹਨੂੰ ਲੈ ਤੁਰਿਆ। ਹੁਣ ਆਪਾਂ ਦੇਖਦੇ ਹਾਂ, ਪਹਿਲੀ ਗੱਲ ਆਪਾਂ ਕਰਦੇ ਹਾਂ ਕਿ ਗੈਂਗਸਟਰਵਾਦ, ਔਰ ਗੈਂਗਸਟਰਵਾਦ ਜਾਂ ਗੈਂਗਸਟਰਾਂ ਦਾ ਦਖਲਅੰਦਾਜ਼ੀ ਕਬੱਡੀ ਦੇ ਵਿੱਚ ਕਿਵੇਂ ਹੁੰਦੀ ਆ। ਸਿੱਧੇ ਨਹੀਂ ਗੈਂਗਸਟਰ ਆਏ ਵੀ ਜੇਲ੍ਹਾਂ 'ਚ ਬੈਠੇ, ਸਿੱਧੇ ਗੈਂਗਸਟਰਾਂ ਨੇ ਆ ਕੇ ਕਬੱਡੀ 'ਤੇ ਕਬਜ਼ਾ ਕਰ ਲਿਆ, ਕਬੱਡੀ ਆਪਣੇ ਹੱਥਾਂ 'ਚ ਲੈ ਲਈ। ਅਸਲ ਇਹ ਪਲੇਅਰ ਸੀ ਕੁਛ ਕਬੱਡੀ ਦੇ, ਕੋਈ ਖਿਡਾਰੀ ਸੀ ਕਬੱਡੀ ਦੇ, ਕੁਛ ਕੋਚ ਹੋਣੇ ਆ ਕਬੱਡੀ ਦੇ, ਕੁਛ ਹੋਰ ਬੰਦੇ ਹੋਣੇ ਆ, ਕੋਈ ਪ੍ਰਮੋਟਰ ਹੋਣੇ ਆ ਜਿਨ੍ਹਾਂ ਨੇ ਇਹ ਸਾਰੀ ਗੇਮ ਕਮਾਈ ਹੈ। ਉਹਨਾਂ ਨੇ ਹੀ ਜਿਹੜਾ ਗੈਂਗਸਟਰਾਂ ਦਾ, ਬਦਮਾਸ਼ਾਂ ਦਾ ਇਸ ਕਬੱਡੀ ਦੇ ਵਿੱਚ ਦਾਖਲਾ ਕਰਾਇਆ। ਉਸ ਤੋਂ ਬਾਅਦ ਉਹ ਦਾਖਲਾ ਇੰਨਾ ਵੱਧ ਗਿਆ ਕਿ ਹੁਣ ਜੇਲ੍ਹਾਂ 'ਚ ਬੈਠੇ ਬੰਦੇ ਜਾਂ ਭਗੌੜੇ ਭੱਜੇ ਹੋਏ ਬੰਦੇ ਜਾਂ ਬਾਹਰਲੇ ਮੁਲਕਾਂ 'ਚ ਬੈਠੇ ਹੋਏ ਬੰਦੇ ਉਹ ਤੈਅ ਕਰਦੇ ਆ ਕਿ ਕਿਹੜਾ ਖਿਡਾਰੀ ਕਿੱਥੇ ਖੇਡੂਗਾ, ਕਿਹੜਾ ਖਿਡਾਰੀ ਹੈ ਜਿਹੜਾ ਉਹ ਜਾਫ ਲਾਈਨ ਦੇ ਵਿੱਚ ਖੜੂਗਾ, ਕਿਹੜਾ ਖਿਡਾਰੀ ਹੈ ਜਿਹੜਾ ਉਹ ਰੇਡਾਂ ਪਾਊਗਾ, ਕਿਹੜੇ ਖਿਡਾਰੀ ਨੂੰ ਬੈਸਟ ਕੱਢਣਾ, ਕਿਹੜੇ ਖਿਡਾਰੀ ਨੂੰ ਅੱਜ ਖੇਡਣ ਨਹੀਂ ਦੇਣਾ। ਕੋਈ ਖਿਡਾਰੀ ਵਿਚਾਰਾ ਨਵਾਂ ਜਿਹੜਾ ਉਹ ਤੜਕੇ ਘਰੋਂ ਤਿਆਰ ਹੁੰਦਾ ਵੀ ਅੱਜ ਮੈਚ ਖੇਡਣ ਚੱਲੇ ਹਾਂ, ਉਹਨੂੰ ਕੋਈ ਅਦੇ ਨਾਲ ਦੀ ਨਾਲ ਕੋਈ ਜੇਲ੍ਹ 'ਚੋਂ ਫੋਨ ਆ ਗਿਆ, ਕਿਸੇ ਬਾਹਰ ਫਿਰਦੇ ਦਾ ਬੰਦੇ ਦਾ ਫੋਨ ਆ ਗਿਆ, ਜਾਂ ਉਹ ਆਪਦਾ ਫੋਨ ਨਾ ਚੱਕੇ, ਜਿਹੜੇ ਕੋਈ ਦੂਜੇ ਹੁੰਦੇ ਆ ਖਿਡਾਰੀ ਦੂਜੀਆਂ ਕੋਈ ਟੀਮਾਂ ਦੇ ਜਾਂ ਉਹਨਾਂ ਦੇ ਕੋਈ ਨਾਲ ਸਪੇਅਰ ਫਿਰਦੇ ਹੁੰਦੇ ਆ, ਉਹਦੇ ਕੰਨ ਨੂੰ ਲਿਆ ਕੇ ਫੋਨ ਲਾ ਦਿੰਦਾ, ਲੈ ਵੀ ਗੱਲ ਕਰੀ। ਉਹ ਇੱਕੋ ਹੀ ਗੱਲ ਕਹਿੰਦੇ ਆ ਵੀ ਮਰਨਾ ਕਿ ਸਾਡੀ ਗੱਲ ਮੰਨਣੀ ਹੈ। ਉਹ ਅਗਲਾ ਕਹਿੰਦਾ ਯਾਰ ਇੰਨੀ ਮਿਹਨਤ ਕੀਤੀ ਆਪਾਂ, ਛੱਡੋ ਪਰਿਆ ਆਪਾਂ ਕੀ ਲੈਣਾ। ਉਹ ਬੰਦਾ ਚੁੱਪ ਹੋ ਜਾਂਦਾ। ਆਪਾਂ ਦੇਖਿਆ ਬੱਗੇ ਪਿੰਡ ਵਾਲੇ ਤੁੱਲੇ 'ਤੇ ਗੋਲੀਆਂ ਚੱਲ ਜਾਂਦੀਆਂ ਨੇ, ਇੱਕੋ ਪਿਸਟਲ ਵਾਲਾ ਮੁੰਡਾ ਪਿੰਡਰਾਂ ਦਾ ਉਹਤੇ ਗੋਲੀਆਂ ਚੱਲ ਜਾਂਦੀਆਂ ਨੇ, ਸੰਦੀਪ ਤਾਂ ਮਾਰ ਹੀ ਦਿੱਤਾ। ਤਾਂ ਇਹ ਸਾਰਾ ਕਦੋਂ ਤੋਂ ਚੱਲਣਾ ਸ਼ੁਰੂ ਹੋਇਆ? ਮੈਂ ਸਮਝਦਾ ਇਹਦੇ ਜ਼ਿੰਮੇਵਾਰ ਕੋਈ ਹੋਰ ਨਹੀਂ ਹੈਗਾ, ਅਤੇ ਜ਼ਿੰਮੇਵਾਰ ਵੀ ਕਿਤੇ ਨਾ ਕਿਤੇ ਜੋ ਕਬੱਡੀ ਨਾਲ ਜੁੜੇ ਹੋਏ ਲੋਕ ਨੇ, ਚਾਹੇ ਖਿਡਾਰੀ ਆ, ਚਾਹੇ ਕੋਚ ਆ, ਚਾਹੇ ਪ੍ਰਬੰਧਕ ਆ, ਚਾਹੇ ਪ੍ਰਮੋਟਰ ਹੈ, ਉਹ ਵੀ ਜ਼ਿੰਮੇਵਾਰ ਹੈਗੇ ਆ। ਜਿਨ੍ਹਾਂ ਨੇ ਦੂਜਿਆਂ ਖਿਡਾਰੀਆਂ ਨੂੰ ਖੇਡਣ ਤੋਂ ਰੋਕਿਆ। ਹੁਣ ਫਰਿਆਦ ਆ ਇੱਕ ਮੁੰਡਾ, ਉਹਦੇ ਬਾਰੇ ਵੀ ਮੈਂ ਅੱਜ ਕਿਸੇ ਨਾਲ ਗੱਲ ਕਰ ਰਿਹਾ ਸੀ, ਕਿ ਉਹ ਕਿਸੇ ਨੇ ਖੇਡਣ ਹੀ ਨਹੀਂ ਦਿੱਤਾ। ਉਹ ਜੇਲ੍ਹ 'ਚੋਂ ਬੈਠੇ ਬੰਦੇ ਨੇ ਕਿਸੇ ਨੇ ਫੋਨ ਲਾਇਆ ਕਿ ਤੈਨੂੰ ਖੇਡਣਾ ਨਹੀਂ ਦੇਣਾ, ਖੇਡਣਾ ਨਹੀਂ ਚਾਹੀਦਾ ਤੂੰ। ਉਹ ਡਰਦਾ ਬੰਦਾ, ਗੁੱਜਰਾਂ ਦਾ ਮੁੰਡਾ ਦੱਸਦੇ ਆ, ਉਹ ਮੱਝਾਂ ਰੱਖਦੇ ਨੇ, ਮੱਝਾਂ ਰੱਖ ਕੇ ਗਰੀਬ ਬੰਦੇ ਟਾਈਮ ਪਾਸ ਕਰਦੇ ਆ। ਉਹ ਬੰਦੇ ਨੂੰ ਫੋਨ ਲੱਗਿਆ, ਉਹਨੇ ਮਿਹਨਤ ਕੀਤੀ, ਹੱਡ ਭੰਨਵੀ ਮਿਹਨਤ ਕੀਤੀ, ਉਹਨੂੰ ਖੇਡਣ ਨਹੀਂ ਦਿੱਤਾ ਗਿਆ। ਸੋ ਇਸ ਤਰ੍ਹਾਂ ਜਿਹੜੀ ਕਹਾਣੀ ਹੈ ਇਹ ਲਗਾਤਾਰ ਵੱਧ ਰਹੀ ਹੈ। ਉਹਦੇ ਵਿੱਚੋਂ ਇਹ ਨਿਕਲ ਕੇ ਆਇਆ ਜਿਹੜਾ ਮੈਨੂੰ ਲੱਗਦਾ ਕਿ ਠੀਕ ਆ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੁਲਿਸ ਦੀ ਕੋਈ ਇਨਕੁਆਇਰੀਆਂ ਹੋਣੀਆਂ ਨੇ, ਜਾਂਚ ਪੜਤਾਲ ਹੋਣੀ ਆ, ਉਹਦੇ ਵਿੱਚ ਨਿਕਲਿਆ ਆਉਣਾ ਇਹ ਕਹਾਣੀ ਹੈ। ਤਾਂ ਮੈਨੂੰ ਤਾਂ ਕਹਾਣੀ ਇਹੀ ਲੱਗਦੀ ਹੈ ਕਿ ਦੇਖੋ ਜੇਲ੍ਹਾਂ ਦੇ ਵਿੱਚ ਅੱਡੋ ਅੱਡੀ ਗਰੁੱਪ ਬੈਠੇ ਆ, ਜਾਂ ਬਾਹਰ ਵੀ ਜਿਹੜੇ ਤੁਰੇ ਫਿਰਦੇ ਬੰਦੇ ਆ, ਉਹਨਾਂ ਦੇ ਅੱਡੋ ਅੱਡੀ ਗਰੁੱਪਾਂ ਦੇ ਨਾਲ ਜਿਹੜੇ ਕਬੱਡੀ ਖਿਡਾਰੀ ਆ, ਉਹਨਾਂ ਦੇ ਵੀ ਅੱਡੋ ਅੱਡੀ ਗਰੁੱਪਾਂ ਨਾਲ ਸੰਬੰਧ ਨੇ। ਇੱਕ ਲਿਖਦਾ ਕਹਿੰਦਾ ਬਾਈ ਇੰਨਾ ਸੱਚ ਨਾ ਬੋਲ ਕੇ ਨੁਕਸਾਨ ਨਾ ਖਾ ਜੀ। ਨਹੀਂ ਸੱਜਣਾ, ਦੇਖੋ ਜੇ ਜਾਣਦੇ ਹੋ ਵੀ ਸੱਚ ਨਾ ਬੋਲ ਗਏ ਨਾ, ਤਾਂ ਫਿਰ ਯਾਰ ਜੱਗ 'ਤੇ ਆਉਣ ਦਾ ਕੋਈ ਫਾਇਦਾ ਨਹੀਂ। ਠੀਕ ਹੈ, ਮੈਨੂੰ ਬੁਜ਼ਦਲੀ ਲੱਗਦੀ ਆ ਲੋਕਾਂ ਦੀ, ਕੈਰਤਾ ਲੱਗਦੀ ਆ ਉਹਨਾਂ ਲੋਕਾਂ ਦੀ। ਸਾਹ ਤਾਂ ਜਿੰਨੇ ਪਰਮਾਤਮਾ ਨੇ ਦਿੱਤੇ ਉਨੇ ਹੀ ਆਉਣੇ ਹੈ, ਪਰ ਮੈਂ ਸਾਰੀ ਕਹਾਣੀ ਨੂੰ ਜਾਂਚ ਕੇ ਪੜਤਾਲ ਕੇ, ਵੈਸੇ ਮੈਨੂੰ ਪਹਿਲਾਂ ਵੀ ਬਹੁਤ ਸਮੇਂ ਦਾ ਪਤਾ ਸੀਗਾ ਇਹਨਾਂ ਗੱਲਾਂ ਬਾਤਾਂ ਦਾ। ਬਹੁਤ ਜਾਣੇ ਕੋਈ ਸੱਜਣ ਮਿੱਤਰ ਟੂਰਨਾਮੈਂਟ ਕਰਾਉਂਦੇ, ਮੈਨੂੰ ਕਹਿੰਦੇ ਬਾਈ ਟੂਰਨਾਮੈਂਟ 'ਤੇ ਆਈ, ਮੈਂ ਯਾਰ ਮੈਂ ਆ ਤਾਂ ਜਾਊਂਗਾ ਪਰ ਮੈਂ ਇੱਥੋਂ ਬੋਲੇ ਬਿਨਾਂ ਰਿਹਾ ਨਹੀਂ ਜਾਣਾ। ਫਿਰ ਤੁਸੀਂ ਕਹਿ ਦਿੰਦੇ ਸਾਡੇ ਖਿਡਾਰੀ ਦੱਸਦੇ ਆ ਭਾਈ, ਮੈਂ ਖਬਰ ਇਹਦੇ ਨਾਲ ਬਿਹਤਰ ਆ ਕਿ ਆਪਾਂ ਨਾ ਹੀ ਆਈਏ। ਸੋ ਇਸ ਕਰਕੇ ਮੈਂ ਟੂਰਨਾਮੈਂਟ 'ਤੇ ਨਹੀਂ ਜਾਂਦਾ ਸੀ, ਮੇਰਾ ਜਾਣ ਦਾ, ਪਰ ਮੈਥੋਂ ਰਿਹਾ ਨਹੀਂ ਬਾਈ ਜਾਂਦਾ, ਕਿਉਂਕਿ ਆਪਣੀ ਆਤਮਾ, ਆਪਣੀ ਜ਼ਮੀਰ ਆ ਜਿਹੜੀ, ਉਹ ਅੰਦਰੋਂ ਇੰਨੀ ਵੀ ਮਰੀ ਨਹੀਂ ਹੋਈ ਕਿ ਯਾਰ ਆਪਾਂ ਜਾਣਦੇ ਹੋਏ ਵੀ ਇੱਕ ਨੌਜਵਾਨ ਦੀ, ਕੜੀ ਵਰਗਾ ਨੌਜਵਾਨ ਸੀ ਯਾਰ, ਮਿੱਟੀ ਕਰਤਾ ਮਿੰਟਾਂ 'ਚ, ਬੋਲਿਆ ਨਾ ਜਾ ਕੇ ਵੀ ਨਾ ਬੋਲ ਗਏ, ਅੱਜ ਨਾ ਬੋਲੇ ਫਿਰ ਕਦੇ ਵੀ ਨਹੀਂ ਬੋਲਿਆ ਜਾਣਾ। ਇਹ ਯਾਦ ਰੱਖਿਓ, ਮੈਂ ਕਬੱਡੀ ਖਿਡਾਰੀਆਂ ਨੂੰ ਵੀ ਕਹਿਣਾ ਚਾਹੁੰਦਾ, ਮੈਂ ਉਹਨਾਂ ਫੈਡਰੇਸ਼ਨਾਂ ਨੂੰ ਕਹਿਣਾ ਚਾਹੁੰਦਾ, ਉਹਨਾਂ ਕਲੱਬਾਂ, ਉਹਨਾਂ ਨੂੰ ਕੋਚਾਂ ਨੂੰ ਕਹਿਣਾ ਚਾਹੁੰਦਾ, ਇਸ ਕਬੱਡੀ ਨਾਲ ਜੁੜੇ ਹੋਏ ਹਰ ਸ਼ਖਸ ਨੂੰ ਕਹਿਣਾ ਚਾਹੁੰਦਾ, ਜੇ ਅੱਜ ਨਾ ਬੋਲੇ, ਇਹ ਯਾਦ ਰੱਖਿਓ, ਇਹ ਅੱਜ ਇੱਕ ਸੰਦੀਪ ਮਰਿਆ, ਕੱਲ੍ਹ ਨੂੰ ਕਈ ਸੰਦੀਪ ਮਰਨਗੇ। ਇਹ ਕੰਮ ਤਾਂ ਵਧਣਾ, ਇਹ ਘਟਣਾ ਨਹੀਂ ਹੈਗਾ। ਜਿਹੜਾ ਕਬੱਡੀ ਕਮੈਂਟੇਟਰਾਂ ਨੂੰ ਬਦਮਾਸ਼ਾਂ ਦੇ ਅੰਦਰੋਂ
ਫੋਨ ਆ ਜਾਂਦੇ ਨੇ ਵੀ ਤੂੰ ਆਹ ਆਹ ਬੰਦਿਆਂ ਦਾ ਨਾਂ ਸਾਰੇ ਟੂਰਨਾਮੈਂਟ 'ਚ ਬੋਲਣਾ, ਉਹਨਾਂ ਦੇ ਅੱਗੇ ਲਿਆ ਕੇ ਵੱਡੀਆਂ ਵੱਡੀਆਂ ਪਰਚੀਆਂ ਰੱਖ ਦਿੱਤੀਆਂ ਜਾਂਦੀਆਂ ਨੇ, ਚਿੱਠੇ ਰੱਖ ਦਿੱਤੇ ਜਾਂਦੇ ਨੇ ਵੀ ਸਾਰਾ ਦਿਨ ਤੂੰ ਆਹੀ ਨਾਂ ਬੋਲਣੇ ਨੇ। ਅੰਦਰ ਬੈਠੇ ਬੰਦਿਆਂ ਨੇ ਟੀਮਾਂ ਬਣਾ ਲਈਆਂ ਆਪਣੇ, ਉੱਥੋਂ ਪ੍ਰਬੰਧ ਚਲਾਉਣ ਲੱਗ ਗਏ। ਟੀਮਾਂ ਬਣਾ ਲੈਣ ਮਾੜੀ ਗੱਲ ਨਹੀਂ, ਅਸੀਂ ਕਹਿੰਦੇ ਟੀਮਾਂ ਨਾ ਬਣਾਉਣ, ਪਰ ਟੀਮਾਂ ਬਣਾ ਕੇ ਯਾਰ ਕਿਸੇ ਖਿਡਾਰੀ ਨੂੰ ਆਪਾਂ ਮਜਬੂਰ ਕਰਨਾ ਵੀ ਤੂੰ ਸਾਡੇ ਵੱਲ ਖੇਡ, ਨਾ ਖੇਡਿਆ ਤੇਰੀਆਂ ਲੱਤਾਂ ਤੋੜ ਦਿਆਂਗੇ, ਤੈਨੂੰ ਮਾਰ ਦਿਆਂਗੇ, ਤੇਰੇ ਗੋਲੀ ਮਾਰ ਦਿਆਂਗੇ, ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਆਪਾਂ ਡਰਾਉਣਾ ਧਮਕਾਉਣਾ, ਇਹ ਗੱਲ ਜਾਇਜ਼ ਨਹੀਂ ਆ। ਘਰ ਲੱਗ ਜਾਂਦਾ ਬਾਈ, ਸੌਖਾ ਨਹੀਂ ਹੈਗਾ। ਇੱਕ ਜਦੋਂ ਨੌਜਵਾਨ ਤਿਆਰ ਹੁੰਦਾ, ਪਤਾ ਨਹੀਂ ਕਹਿ ਸਕਦਾ ਜੀ ਉਹਦੀ ਮਿਹਨਤ ਹੁੰਦੀ ਹੈ, ਫਿਰ ਜਾ ਕੇ ਤਾਂ ਖਿਡਾਰੀ ਤਿਆਰ ਹੁੰਦਾ। ਸੱਟਾਂ ਵੀ ਖਾਂਦੇ ਨੇ, ਕਿਸੇ ਦੇ ਗੋਡਾ ਨਿਕਲ ਗਿਆ, ਕਿਸੇ ਦਾ ਮੋਢਾ ਨਿਕਲ ਗਿਆ, ਕਿਸੇ ਦੇ ਕੋਈ ਸੱਟ, ਕਿਸੇ ਦੇ ਕੋਈ ਸੱਟ, ਕਈ ਕਈ ਆਪਰੇਸ਼ਨਾਂ ਤੋਂ ਬਾਅਦ ਫਿਰ ਦੁਬਾਰਾ ਵਿਚਾਰੇ ਤਿਆਰੀ ਕਰਕੇ ਕਰਾਉਣਾ ਚਾਹੁੰਦੇ ਨੇ। ਤਾਂ ਇਸ ਕਰਕੇ ਇਹ ਜਿਹੜਾ ਮੈਂ ਦੇਖ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ, ਤੁਸੀਂ ਦੇਖੋ ਕਿ ਕਬੱਡੀ ਕਿੱਥੇ ਹੁੰਦੀ ਸੀ। ਜਦੋਂ ਕਬੱਡੀ ਟੂਰਨਾਮੈਂਟ ਹੁੰਦੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਇੰਨਾ ਇਕੱਠ ਹੁੰਦਾ, ਕਿਤੇ ਸਿੱਟਣ ਨੂੰ ਥਾਂ ਨਹੀਂ ਸੀ ਹੁੰਦਾ, ਇੰਨੇ ਲੋਕ ਇਕੱਠੇ ਹੋ ਜਾਂਦੇ ਸੀ, ਟਿਕਟਾਂ ਲੈ ਕੇ ਲੋਕ ਸਟੇਡੀਅਮ 'ਚ ਆਉਂਦੇ ਸੀ। ਹੁਣ ਕੋਈ ਮੁਫਤ ਵੀ ਦੇਖਣ ਨਹੀਂ ਆਉਂਦਾ, ਕਿੱਥੇ ਚਲੀ ਗਈ ਉਹ ਕਬੱਡੀ। ਕਈ ਮਿੱਤਰ ਮੇਰੇ ਜਿਹੜੇ ਕਬੱਡੀ ਵਾਲੇ ਹੈਗੇ, ਬਾਹਰ ਵੀ ਖੇਡ ਕੇ, ਉਹ ਵੀ ਦੱਸਦੇ ਆ, ਕਹਿੰਦੇ ਬਾਈ ਬਾਹਰ ਕਲੱਬਾਂ ਵਾਲੇ ਕਈ ਤਾਂ ਇਹੋ ਜਿਹੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਖਿਡਾਰੀ ਹੈ ਜਿਹੜਾ ਜਿੱਤਣਾ ਚਾਹੀਦਾ, ਸਾਡੀ ਟੀਮ ਜਿੱਤਣੀ ਚਾਹੀਦੇ ਨੇ ਚਾਹੀਦੀ ਹੈ, ਤੁਸੀਂ ਜੋ ਮਰਜ਼ੀ ਖਾਈ ਚੱਲੋ, ਜਿਹੜਾ ਮਰਜ਼ੀ ਨਸ਼ਾ ਵਰਤੀ ਜਾਓ, ਜਿਹੜਾ ਮਰਜ਼ੀ ਟੀਕਾ ਲਾਈ ਜਾਓ, ਕੋਈ ਪਰਵਾਹ ਨਹੀਂ, ਜਿੱਤਣੇ ਚਾਹੀਦੇ ਆ। ਇਸ ਕਰਕੇ ਬਾਹਰਲੇ ਲੋਕ ਨੇ, ਜਿਹੜੇ ਦਰਸ਼ਕ ਨੇ, ਦੇਖਣ ਵਾਲੇ ਨੇ, ਕਬੱਡੀ ਨੂੰ ਪਸੰਦ ਕਰਨ ਵਾਲੇ ਨੇ, ਕਿਉਂਕਿ ਕਬੱਡੀ ਪੰਜਾਬੀਆਂ ਦੇ ਖੂਨ ਦੇ ਵਿੱਚ ਰਚੀ ਹੋਈ ਆ, ਉਹ ਵੀ ਪਛਾਣ ਹਟ ਗਈ। ਅੱਜ ਇਸ ਮਸਲੇ 'ਤੇ ਕੋਈ ਬੋਲਣ ਨੂੰ ਤਿਆਰ ਨਹੀਂ ਕਿ ਹਾਂ ਯਾਰ ਇਹ ਇੱਕ ਗੈਂਗਵਾਰ ਦਾ ਨਤੀਜਾ, ਇਹ ਗੈਂਗਸਟਰਵਾਦ ਦਾ ਨਤੀਜਾ, ਉਹ ਸੰਦੀਪ ਦੀ ਮੌਤ ਹੋਈ ਹੈ। ਜਾਣਦੇ ਆ ਸਾਰੇ ਨੇ ਬਾਈ, ਹੁਣ ਤੁਸੀਂ ਅੱਜ ਮੋਮਬੱਤੀਆਂ ਮਾਰਚ ਕਰ ਲਓ, ਅੱਜ ਰੌਲਾ ਪਾ ਲਓ, 10 ਦਿਨ 20 ਦਿਨ ਮੈਚ ਬੰਦ ਕਰੋਗੇ, ਫਿਰ ਚੁੱਪ ਕਰ ਜਾਓਗੇ, ਫਿਰ ਇੱਕ ਅੱਧਾ ਕੋਈ ਮਰੂਗਾ, ਕਿਸੇ ਦੇ ਗੋਲੀਆਂ ਚੱਲਣਗੀਆਂ, ਫਿਰ 10 ਦਿਨ ਰੌਲਾ ਪਾਓਗੇ, ਫਿਰ ਚੁੱਪ ਕਰ ਜਾਓਗੇ, ਬਸ ਇਹੀ ਚੱਲੀ ਜਾਣਾ। ਜਿੰਨਾ ਚਿਰ ਅਸੀਂ ਮਸਲੇ ਦੀ ਜੜ੍ਹ ਨਹੀਂ ਫੜਦੇ ਅਤੇ ਅਸੀਂ ਇਹ ਸੱਚ ਬੋਲਣ ਦੀ ਜ਼ਰੂਰਤ ਨਹੀਂ ਕਰਦੇ ਕਿ ਕਬੱਡੀ ਨੂੰ ਜਿਹੜੀ ਚੀਜ਼ ਨੇ ਖਾਧਾ, ਜਾਂ ਕਬੱਡੀ ਨੇ ਜਿਹੜੀ ਚੀਜ਼ ਨੂੰ ਬਰਬਾਦ, ਜਿਹੜੀ ਚੀਜ਼ ਨੇ ਬਰਬਾਦ ਕੀਤਾ, ਉਹ ਜੇਲ੍ਹਾਂ 'ਚ ਬੈਠੇ ਬੰਦੇ ਨੇ ਜਾਂ ਬਾਹਰ ਤੁਰੇ ਫਿਰਦੇ ਭਗੌੜੇ ਬੰਦੇ ਨੇ। ਮੈਂ ਫਿਰ ਕਹਿਣਾ, ਉਹ ਜੀ ਸੱਚ ਕੇ ਕਬੱਡੀ ਨੂੰ ਪ੍ਰਮੋਟ ਕਰਨ, ਕਬੱਡੀ ਨੂੰ ਪ੍ਰਫੁੱਲਿਤ ਕਰਨ, ਕਬੱਡੀ 'ਤੇ ਪੈਸਾ ਲਾਉਣ, ਪਰ ਇਹ ਦਲੀਲ ਕਿਤੇ ਨਹੀਂ ਹੈਗੀ ਕਿ ਉਹ ਅੰਦਰ ਬੈਠਾ ਕੋਈ ਬੰਦਾ ਤੈਅ ਕਰੂਗਾ, ਬਾਹਰ ਤੁਰਿਆ ਫਿਰਦਾ ਬੰਦਾ ਕੋਈ ਤੈਅ ਕਰੂਗਾ ਵੀ ਆਹ ਪਲੇਅਰ ਬੈਸਟ ਨਿਕਲੂਗਾ, ਆਹ ਖੇਡੂਗਾ, ਆਹ ਨਹੀਂ ਖੇਡੂਗਾ, ਆਹ ਇਸ ਟੂਰਨਾਮੈਂਟ 'ਤੇ ਜਾਊਗਾ, ਇਸ ਟੂਰਨਾਮੈਂਟ 'ਤੇ ਨਹੀਂ ਜਾਊਗਾ। ਇਹ ਲਗਾਤਾਰ ਹੋ ਰਿਹਾ ਔਰ ਕਈ ਸਾਲ ਤੋਂ ਹੋ ਰਿਹਾ। ਕੋਈ ਬੋਲਿਆ ਆ, ਮੈਂ ਕਬੱਡੀ ਵਾਲੇ ਕੋਚਾਂ ਨੂੰ ਪੁੱਛਣਾ ਚਾਹੁੰਦਾ, ਪ੍ਰਬੰਧਕਾਂ ਫੈਡਰੇਸ਼ਨ ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਜਿੰਨਾ ਜਿਹੜੀ ਕਬੱਡੀ ਦੇ ਸਿਰ 'ਤੇ ਤੁਸੀਂ ਲੱਖਾਂ ਰੁਪਈਆ ਕਮਾਇਆ, ਨਾਂ ਕਮਾਏ ਨੇ, ਰੁਤਬੇ ਕਮਾਏ ਨੇ, ਬੋਲੇ ਹੋ ਕਦੇ? ਪਤਾ ਤੁਹਾਨੂੰ ਵੀ ਹੈ, ਮੇਰੇ ਨਾਲੋਂ ਜ਼ਿਆਦਾ ਪਤਾ ਹੈ, ਮੈਨੂੰ ਤਾਂ ਸੁਣ ਕੇ ਪਤਾ ਲੱਗਿਆ ਜਦੋਂ ਮੈਂ ਪੂਰੀ ਪੜਤਾਲ ਕੀਤੀ ਹੈ, ਫਿਰ ਮੈਨੂੰ ਪਤਾ ਲੱਗਿਆ ਕਿ ਕਹਾਣੀ ਕੀ ਹੈ। ਤੁਹਾਨੂੰ ਤਾਂ ਉਹ ਵੀ ਪਤਾ ਯਾਰ, ਤੁਸੀਂ ਵਿੱਚ ਰਹਿੰਦੇ ਹੋ ਕਿ ਰੋਜ਼ ਪਲੇਅਰਾਂ ਨਾਲ ਕੀ ਹੁੰਦਾ, ਖਿਡਾਰੀਆਂ ਨਾਲ ਕੀ ਵਾਪਰਦੀ ਹੈ, ਇਹ ਤੁਹਾਨੂੰ ਰੋਜ਼ ਪਤਾ ਹੈ। ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਪੁਰਾਣੇ ਖਿਡਾਰੀ ਨੇ ਜਿਹੜੇ ਨਵੇਂ ਖਿਡਾਰੀਆਂ ਦਾ, ਉਹਨਾਂ ਦਾ ਵੀ ਜਿਹੜਾ ਬਣਦਾ ਮਾਣ ਸਨਮਾਨ ਆ, ਉਹ ਵੀ ਮਾਰਿਆ ਜਾ ਰਿਹਾ। ਆਪਾਂ ਦੇਖ ਰਹੇ ਜਿੱਥੇ ਕੋਈ ਨਾਮੀ ਖਿਡਾਰੀ ਹੈ, ਕੋਈ ਚੰਗਾ ਖਿਡਾਰੀ ਹੈ, ਕੋਈ ਜਿਹਦੀ ਬਣਦੀ ਹੈ ਕਿਸੇ ਕਲੱਬ ਨਾਲ, ਫੈਡਰੇਸ਼ਨ ਨਾਲ, ਉਹਨੂੰ ਆ ਮਾਣ ਸਨਮਾਨ ਹਰ ਥਾਂ ਹੋ ਜਾਂਦਾ। ਜਿਹੜਾ ਨਵਾਂ ਉੱਭਰਦਾ ਕੋਈ ਖਿਡਾਰੀ ਹੈ, ਉਹ ਕਿਤੇ ਸਨਮਾਨਿਆ ਨਹੀਂ ਜਾਂਦਾ, ਉਹਨੂੰ ਕਦੇ ਉਹਦੇ ਮਾਣ ਸਨਮਾਨ ਦੀ ਗੱਲ ਹੀ ਨਹੀਂ ਹੁੰਦੀ। ਕਿੱਥੇ ਉਹਨੂੰ ਚੱਕਣਾ ਚਾਹੀਦਾ ਸਾਨੂੰ, ਇਸ ਕਰਕੇ ਇੱਕ ਤਾਂ ਇਹ ਮਸਲਾ ਬੜਾ ਅਹਿਮ ਸੀਗਾ ਜਿਹੜਾ ਮੈਨੂੰ ਲੱਗਦਾ ਸੀ ਕਿ ਸਾਨੂੰ ਚੱਕਣਾ ਚਾਹੀਦਾ, ਅੱਜ ਬੋਲਣਾ ਚਾਹੀਦਾ, ਹਰ ਕਬੱਡੀ ਫੈਡਰੇਸ਼ਨ ਨੂੰ ਬੋਲਣਾ ਚਾਹੀਦਾ, ਹਰ ਕਬੱਡੀ ਕੋਚ ਨੂੰ, ਹਰ ਕਬੱਡੀ ਖਿਡਾਰੀ ਨੂੰ ਬੋਲਣਾ ਚਾਹੀਦਾ। ਨਹੀਂ ਇਹ ਖੇਡ ਤਾਂ ਜਾਣੀ ਜਾਣੀ ਹੈ, ਖੇਡ ਤਾਂ ਖਤਮ ਹੋ ਜੂ। ਕੱਲ੍ਹ ਕਈ ਪਲੇਅਰਾਂ ਨਾਲ ਮੇਰੀ ਗੱਲ ਹੋਈ, ਰੋ ਪਏ ਫੋਨ 'ਤੇ, ਉਹ ਕਹਿੰਦੇ ਬਾਈ ਖੇਡਣੀ ਛੱਡ ਦੇਣੀ ਆ ਕਬੱਡੀ, ਦਾ ਖੇਡ ਵੀ ਸਾਡੀ ਮਾਂ ਖੇਡ ਹੈ, ਉਹ ਵੀ ਚੱਲੀ ਜਾਣੀ ਹੈ, ਖਤਮ ਹੋ ਜਾਣੀ ਹੈ। ਅਤੇ ਜਿੱਥੇ ਸਾਡੇ, ਮੈਂ ਅੱਜ ਇੱਕ ਬਹੁਤ ਵੱਡੇ ਬੰਦੇ ਨਾਲ ਗੱਲ ਕਰ ਰਿਹਾ ਸੀ ਜੋ ਬੜੇ ਲੰਮੇ ਸਮੇਂ ਤੋਂ ਕਬੱਡੀ ਨਾਲ ਜੁੜਿਆ ਹੋਇਆ, ਉਹਨੇ ਮੈਨੂੰ ਦੱਸਿਆ, ਕਹਿੰਦਾ 11 ਲੱਖ ਬੰਦਾ ਪੰਜਾਬ
ਤੇ ਬਾਹਰਲੇ ਮੁਲਕਾਂ 'ਚ ਹਰਿਆਣਾ ਹੋਰ ਸੂਬਿਆਂ 'ਚ 11 ਲੱਖ ਬੰਦਾ ਜਿਹੜਾ ਉਹ ਜੁੜਿਆ ਹੋਇਆ ਕਬੱਡੀ ਨਾਲ, ਰੁਜ਼ਗਾਰ ਕਬੱਡੀ ਤੋਂ ਚੱਲਦਾ ਹੈ। ਪਰ ਮੈਂ ਨਵੀਆਂ ਨਵੀਆਂ ਗੱਲਾਂ ਸੁਣੀਆਂ, ਅੱਜ ਮੈਂ ਤਾਂ ਦੰਗ ਰਹਿ ਗਿਆ ਯਾਰ ਕਿ ਪਿਛਲੇ ਸਮੇਂ ਦੌਰਾਨ ਜਦੋਂ ਆਹ ਲੀਗ ਬਣੀਆਂ ਨੇ, ਕਿਹੜੀਆਂ ਲੀਗਾਂ ਬਣੀਆਂ ਨੇ, ਇੱਕ ਮੇਜਰ ਲੀਗ ਬਣੀ ਹੈ ਸ਼ਾਇਦ ਕੋਈ ਇੱਕ ਨੌਰਥ ਕੋਈ ਉੱਤਰੀ ਭਾਰਤ ਕੋਈ ਫੈਡਰੇਸ਼ਨ ਬਣੀ ਹੈ, ਅੱਡੋ ਅੱਡੀ ਜਿਹੜੀਆਂ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ, ਕਹਿੰਦੇ ਠੇਕਾ ਹੀ ਕਰ ਲੈਂਦੇ ਆ ਕਬੱਡੀ ਦਾ, ਵੀ 9 ਜਾਂ 10 ਲੱਖ ਜਾਂ 12 ਲੱਖ ਰੁਪਇਆ ਸਾਨੂੰ ਉੱਕਾ ਪੁੱਕਾ ਦੇ ਦਿਓ, ਸਾਰਾ ਜੋ ਲਾਈਵ ਕਰਨਾ ਉਹਦਾ ਖਰਚਾ ਵੀ ਸਾਡਾ, ਜੋ ਰੈਫਰੀਆਂ ਦਾ ਵੀ ਉਹ ਵੀ ਅਸੀਂ ਦੇਵਾਂਗੇ, ਜੋ ਟੀਮਾਂ ਨੂੰ ਦੇਣਾ ਉਹ ਵੀ ਅਸੀਂ ਦੇਵਾਂਗੇ, ਜੋ ਪਹਿਲਾ ਦੂਜਾ ਨਾਮ ਦੇਣਾ ਉਹ ਵੀ ਅਸੀਂ ਦੇਵਾਂਗੇ, ਪਰ ਤੁਸੀਂ ਸਾਨੂੰ 10 ਜਾਂ 12 ਲੱਖ ਰੁਪਇਆ ਉੱਕਾ ਪੁੱਕਾ ਦੇ ਦਿਓ। ਇਹ ਵੀ ਚੱਲ ਪਿਆ, ਕਿਉਂ ਕਬੱਡੀ ਕਮਰਸ਼ੀਅਲ ਹੋ ਗਈ, ਕਬੱਡੀ 'ਚ ਗਲੈਮਰ ਆ ਗਿਆ, ਕਬੱਡੀ 'ਚ ਪੈਸਾ ਆ ਗਿਆ, ਕਬੱਡੀ ਉਹ ਨਹੀਂ ਰਹੀ। ਸੋ ਇਸ ਕਰਕੇ ਅੱਜ ਨਾ ਬੋਲੇ ਫਿਰ ਕਦੇ ਵੀ ਨਹੀਂ। ਦੂਜੀ ਮੈਂ ਗੱਲ ਕਰਨੀ ਚਾਹੁੰਦਾ ਨਸ਼ੇ ਦੀ ਗੱਲ, ਜਿਹੜੀ ਬਹੁਤ ਬੰਦਿਆਂ ਨੂੰ ਚੁਭਦੀ ਵੀ ਆ, ਬਹੁਤ ਖਿਡਾਰੀ ਜੋ ਮੇਰੇ ਯਾਰ ਮਿੱਤਰ ਵੀ ਨੇ ਮੇਰੇ ਨਾਲ ਰੋਸਾ ਗਿੱਲਾ ਵੀ ਕਰਦੇ ਆ ਕਿ ਬਾਈ ਇਹ ਗੱਲ ਨਾ ਬੋਲਿਆ ਕਰ, ਮੈਂ ਕਿਹਾ ਨਹੀਂ ਯਾਰ, ਅੱਖੀਂ ਦੇਖ ਕੇ ਰਿਹਾ ਨਹੀਂ ਜਾਂਦਾ। ਕਿੰਨੇ ਪਲੇਅਰ ਮਰ ਗਏ ਬਾਈ, ਨਾਮੀ ਪਲੇਅਰ ਕਿੰਨੇ ਮਰ ਗਏ ਹੋਣੇ, ਵੈਸੇ ਤਾਂ ਵਿਚਾਰੇ ਬਹੁਤ ਮਰ ਗਏ, ਪਰ ਜਿਹੜੇ ਨਾਮੀ ਪਲੇਅਰ ਸੀ ਘੱਟੋ ਘੱਟ 30-35 ਪਲੇਅਰ ਇਹੋ ਜਿਹੇ ਹੋਣੇ ਆ ਜਿਹੜੇ ਪਿਛਲੇ 5-7 ਸਾਲ ਦੇ ਵਿੱਚ ਕਬੱਡੀ ਦੇ ਨਾਮ ਪਰ ਪਲੇਅਰ ਮਰ ਚੁੱਕੇ ਆ। ਕੋਈ ਅਟੈਕ ਹੋ ਕੇ ਮਰ ਗਿਆ, ਕੋਈ ਕਿਸ ਤਰ੍ਹਾਂ ਮਰ ਗਿਆ, ਕਿਸ ਤਰ੍ਹਾਂ ਮਰ ਗਿਆ, ਉਹ ਕਿਉਂ ਮਰੇ ਆ? ਠੀਕ ਆ, ਕੋਈ 1-2 ਜਿਹੜੀਆਂ 1-2 ਘਟਨਾਵਾਂ ਹੋਣਗੀਆਂ ਉਹ ਅਲੱਗ ਉਹਦੇ ਕਾਰਨ ਰਹੇ ਹੋਣੇ ਆ, ਪਰ ਜ਼ਿਆਦਾਤਰ ਮੈਂ ਕਹਿਣਾ ਚਾਹੁੰਦਾ ਉਹ ਨਸ਼ੇ ਨਾਲ ਰਹੇ ਆ। ਇਹ 'ਚ ਵੀ ਹੁਣ ਤੁਸੀਂ ਕਈ ਬੰਦਿਆਂ ਨੂੰ ਮੇਰੀ ਗੱਲ ਬੜੀ ਚੁਭਣੀ ਆ, ਕਿਉਂਕਿ ਪਿੱਛੇ ਇੱਕ ਮੇਰਾ ਮਿੱਤਰ ਰਿਹਾ ਖਿਡਾਰੀ, ਮੈਂ ਨਾਂ ਤਾਂ ਚਲ ਨਹੀਂ ਲਊਂਗਾ, ਉਹਦਾ ਵਿਚਾਰਾ ਚਲਿਆ ਗਿਆ, ਉਹਦੀ ਮੌਤ ਹੋਈ ਸੀ, ਅਤੇ ਮੈਂ ਉਹਦੀ ਮੌਤ 'ਤੇ ਗੱਲ ਬੋਲਤੀ ਸੀਗੀ ਕਿ ਉਹਦੀ ਮੌਤ ਦਾ ਕਾਰਨ ਨਸ਼ਾ ਰਿਹਾ, ਕਿਉਂਕਿ ਮੇਰੇ ਨਾਲ ਰਿਹਾ ਮੈਨੂੰ ਪਤਾ ਸੀ। ਉਦੋਂ ਬਾਅਦ ਮੇਰੇ 'ਤੇ ਬੜੀਆਂ ਕਿੰਤੂ ਪ੍ਰੰਤੂ ਹੋਏ, ਬੜੇ ਮੈਨੂੰ ਫੋਨ ਆਏ, ਬਾਈ ਯਾਰ ਤੂੰ ਆਹ ਗੱਲ ਕਿਉਂ ਬੋਲਦਾ, ਕਿਉਂ ਗੱਲ, ਮੈਂ ਯਾਰ ਜਿਹੜੀ ਚੀਜ਼ ਮੈਂ ਅੱਖੀਂ ਦੇਖੀ ਆ ਉਹ ਮੈਂ ਰਹਿ ਨਹੀਂ ਸਕਦਾ। ਹੁਣ ਜਿਹੜੇ ਆਪਾਂ ਗੱਲ ਕਰਦੇ ਹਾਂ ਨਾ ਨਸ਼ੇ ਦੀ ਗੱਲ, ਕਿ ਪਲੇਅਰ ਨੇ ਜਿਹੜੇ ਖਿਡਾਰੀ ਨੇ ਜਿਹੜੇ ਕਿਵੇਂ ਮੈਚਾਂ ਤੋਂ ਪਹਿਲਾਂ ਟੀਕੇ ਵਗੈਰਾ ਸਟੀਰਾਇਡ ਵਗੈਰਾ, ਕਿਵੇਂ ਮੌਕੇ ਵਾਲਾ ਟੀਕਾ ਕਿਵੇਂ ਕੋਰਸ ਕਰਦੇ ਆ ਜਾਂ ਕੀ ਕੁਛ ਹੁੰਦਾ, ਸਾਰਾ ਕੁਛ ਪਤਾ ਯਾਰ, ਹਰ ਇੱਕ ਬੰਦੇ ਨੂੰ ਪਤਾ। ਕਬੱਡੀ ਨਾਲ ਜਿਹੜਾ ਮਾੜਾ ਮੋਟਾ ਵੀ ਕਬੱਡੀ ਬਾਰੇ ਜਾਣਕਾਰੀ ਰੱਖਦਾ, ਦਿਲਚਸਪੀ ਰੱਖਦਾ, ਕਬੱਡੀ ਨਾਲ ਮੋਹ ਮੁਹੱਬਤ ਰੱਖਦਾ, ਜੁੜਿਆ ਹੋਇਆ ਕਿਸੇ ਵੀ ਰੂਪ 'ਚ ਕਬੱਡੀ ਦੇ ਨਾਲ, ਉਸ ਹਰ ਬੰਦੇ ਨੂੰ ਪਤਾ ਕਿ ਕਬੱਡੀ 'ਚ ਨਸ਼ਾ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਨਸ਼ਾ, ਪਰ ਬੋਲਣ ਨੂੰ ਕੋਈ ਵੀ ਤਿਆਰ ਨਹੀਂ। ਬੋਲਦਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਟੂਰਨਾਮੈਂਟ 'ਤੇ ਮਿਸ ਕਰਕੇ ਨਹੀਂ ਜਾਂਦਾ, ਜਾਂ ਕਈ ਬੁਲਾਉਣੋਂ ਹਟ ਗਏ, ਕਿਤੋਂ ਥਾਈ ਮੈਂ ਕਿਹਾ ਮੈਂ ਬੋਲ ਕੇ ਆ ਗਿਆ, ਕਈ ਖਿਡਾਰੀਆਂ ਨੇ ਵੀ ਗੁੱਸਾ ਕੀਤਾ ਕਿ ਯਾਰ ਤੂੰ ਬਾਈ ਆਹ ਕਿਉਂ ਗੱਲ ਬੋਲਦਾ। ਬਾਈ ਦੇਖੋ, ਤੁਸੀਂ ਖੇਡਣਾ ਤੁਹਾਡੀ ਜ਼ਿੰਦਗੀ ਆ, ਨਾ ਤਾਂ ਮੈਂ ਤੁਹਾਡੀ ਕਮਾਈ ਖਾਣੀ ਆ, ਨਾ ਮੇਰਾ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਲੈਣ ਦੇਣ ਆ। ਮੈਂ ਸਿਰਫ ਇਸ ਕਰਕੇ ਕਹਿਣਾ ਕਿ ਤੁਸੀਂ ਜਿੱਥੇ ਆਪਣੀਆਂ ਜ਼ਿੰਦਗੀਆਂ ਖਤਮ ਕਰ ਰਹੇ ਹੋ, ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ, ਅੱਜ ਕੱਲ੍ਹ ਕੋਈ ਵੀ ਮਾਂ ਬਾਪ ਇਹ ਸੋਚ ਕੇ ਆਪਣੇ ਬੱਚੇ ਨੂੰ ਗਰਾਊਂਡ ਨਹੀਂ ਭੇਜਦਾ ਜਾਂ ਕਬੱਡੀ ਵੱਲ ਨਹੀਂ ਤੋਰਦਾ ਵੀ ਛੱਡੋ ਪਰ ਯਾਰ, ਛੱਡੋ ਪਰੇ ਆਪਾਂ ਕਬੱਡੀ ਤੋਂ ਕੀ ਲੈਣਾ, ਇਹ ਨਸ਼ਾ ਬਹੁਤ ਜ਼ਿਆਦਾ ਆ। ਹੁਣ ਇਹ ਗੱਲ ਕੌੜਾ ਸੱਚ ਹੈ ਕਿ ਜਿੰਨੇ ਪਲੇਅਰਾਂ ਦੀ ਮੌਤ ਹੋਈ ਹੈ ਉਹਨਾਂ 'ਚ 1-2 ਨੂੰ ਛੱਡ ਕੇ, ਥੋੜ੍ਹਿਆਂ ਬੰਦਿਆਂ ਨੂੰ ਛੱਡ ਕੇ, ਜ਼ਿਆਦਾਤਰ ਦੀ ਮੌਤ ਦਾ ਕਾਰਨ ਨਸ਼ਾ ਰਿਹਾ। ਆਉਣ ਵਾਲੇ ਸਮੇਂ ਤੁਸੀਂ ਹੋਰ ਦੇਖ ਲਓਗੇ ਕਿ ਇਹ ਨਸ਼ਾ ਜਾ ਕਬੱਡੀ ਨੂੰ ਕਿਵੇਂ ਹੋਰ ਖਾਤਮੇ ਵੱਲ ਲੈ ਕੇ ਜਾਂਦਾ। ਜਿੰਨਾ ਚਿਰ ਕਹਿੰਦੇ ਸਾਰੇ ਹੀ ਡੋਪ ਟੈਸਟ ਕਰਾਵਾਂਗੇ ਜੀ, ਨਸ਼ਾ ਮੁਕਤ ਕਰਾਂਗੇ ਜੀ ਕਬੱਡੀ, ਨਸ਼ਾ ਰਹਿਣ ਨਹੀਂ ਦੇਣਾ, ਵੱਡੇ ਵੱਡੇ ਬਿਆਨ ਫੈਡਰੇਸ਼ਨ ਵਾਲੇ ਵੱਡੀਆਂ ਵੱਡੀਆਂ ਕਾਨਫਰੰਸਾਂ ਕਰਦੇ ਨੇ, ਵੱਡੇ ਵੱਡੇ ਬਿਆਨ ਦਾਗਦੇ ਆ ਕਿ ਨਸ਼ਾ ਰਹਿਤ ਕਰ ਦੇਣੀ ਆ ਜੀ, ਕਿ ਅਸੀਂ ਨਸ਼ਾ ਨਹੀਂ, ਪਰ ਕਿੱਥੇ ਰੁਕਿਆ ਬਾਈ ਨਸ਼ਾ, ਦੱਸ ਦਿਓ ਯਾਰ ਰੁਕਿਆ, ਅੱਜ ਦਿਲ 'ਤੇ ਹੱਥ ਰੱਖ ਕੇ ਦੱਸਿਓ, ਦੀਨ ਮਾਨ ਨਾਲ ਦੱਸਿਓ ਕਿ ਕਿੱਥੇ ਨਸ਼ਾ ਰੁਕਿਆ, ਵਧਿਆ ਨਸ਼ਾ ਰੁਕਿਆ ਨਹੀਂ। ਸੋ ਇਸ ਕਰਕੇ ਆਹ ਦੋ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਪਹਿਲਾ ਕਿ ਕਿਵੇਂ ਗੈਂਗਸਟਰਵਾਦ, ਕਿਵੇਂ ਗੈਂਗਸਟਰ, ਕਿਵੇਂ ਬਦਮਾਸ਼ਾਂ ਦਾ ਦਬਦਬਾ ਕਬੱਡੀ 'ਚ ਬਣਿਆ, ਕਿਵੇਂ ਉਹਨਾਂ ਨੇ ਗਲਬਾ ਪਾਇਆ, ਕਿਵੇਂ ਉਹਨਾਂ ਨੇ ਕਬਜ਼ਾ ਕੀਤਾ ਕਬੱਡੀ ਦੇ ਉੱਤੇ,
ਕਿਵੇਂ ਉਹਨਾਂ ਨੇ ਆਪਣੇ ਤਰੀਕੇ ਨਾਲ ਚਲਾਉਣਾ ਸ਼ੁਰੂ ਕੀਤਾ। ਕਿਰਾਇਆ ਪਲੇਰਾ ਨਹੀਂ ਹੈ, ਕਿਸੇ ਦਾ ਕਹਿਣਾ ਕੋਈ ਸੰਬੰਧ ਸੀਗਾ, ਉਹਨੂੰ ਕਹਿੰਦੇ ਸੀ ਬਾਈ ਯਾਰ ਸਾਡੇ ਆਖੇ ਨਹੀਂ ਲੱਗਦਾ, ਇਹਨੂੰ ਕਰੀ ਫੋਨ, ਇਹਨੂੰ ਬਾਈ ਖੇਡਣ ਨਹੀਂ ਦੇਣਾ ਕਰੀ ਫੋਨ, ਜਾਂ ਇਹ ਖੇਡਣ ਨਹੀਂ ਆਉਂਦਾ ਬਾਈ ਇਹਨੂੰ ਖੜਾਉਣਾ ਕਰੀ ਫੋਨ। ਆਪ ਹੀ ਤੁਸੀਂ ਆਪ ਹੀ ਉਹਨਾਂ ਨੂੰ ਅੰਦਰ ਵਾੜਿਆ, ਹੁਣ ਜੇ ਆਪ ਅੰਦਰ ਵਾੜਿਆ ਤਾਂ ਬਾਈ ਭੁਗਤੋਂਗੇ ਵੀ, ਯਾਦ ਰੱਖਿਓ। ਜਿਹੜੇ ਬੰਦੇ ਨੂੰ ਇੱਕ ਵਾਰੀ ਮੂੰਹ ਪੈ ਜੇ ਫਿਰ ਉਹ ਹਟਦਾ ਵੀ ਨਹੀਂ ਹੁੰਦਾ ਬਾਈ, ਕਿਉਂਕਿ ਪੈਸਾ ਹੀ ਬਾਈ ਇੰਨਾ ਇਸ ਗੇਮ 'ਚ। ਇਹਦੇ ਜ਼ਿੰਮੇਵਾਰ ਵੀ ਮੈਨੂੰ ਲੱਗਦਾ ਕਿ ਕੋਈ ਕੋਚ ਹੋਣਾ, ਕੋਈ ਖਿਡਾਰੀ ਹੋਣਾ, ਕੋਈ ਪ੍ਰਬੰਧਕ ਹੋਣਾ, ਕੋਈ ਪ੍ਰਮੋਟਰ ਹੋਣਾ, ਕੋਈ ਨਾ ਕੋਈ ਬੰਦਾ ਕਬੱਡੀ ਨਾਲ ਜੁੜਿਆ ਹੋਇਆ ਬੰਦੇ ਨੇ ਜਿਨ੍ਹਾਂ ਨੇ ਇਹਨਾਂ ਬੰਦਿਆਂ ਦਾ ਦਾਖਲਾ ਕਬੱਡੀ ਦੇ ਵਿੱਚ ਕਰਾਤਾ। ਸੋ ਇਸ ਕਰਕੇ ਇਹੀ ਕਹਿਣਾ ਚਾਹੁੰਦਾ ਕਿ ਬਾਈ ਮੋਮਬੱਤੀ ਮਾਰਚ ਕਰਨ ਨਾਲ ਹੱਲ ਨਹੀਂ ਹੋਣੇ ਮਸਲੇ, ਲਿਖ ਦੇਣ ਨਾਲ ਕਿ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ, ਬਹੁਤ ਮਾੜਾ ਹੋਇਆ, ਇਹ ਹੱਲ ਨਹੀਂ ਹੋਣੇ ਬਾਈ ਮਸਲੇ। ਇਹ ਤਾਂ ਯਾਦ ਰੱਖਿਓ, ਇਹ ਤਾਂ ਅੱਜ ਇੱਕ ਸੰਦੀਪ ਗਿਆ, ਇਹ ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਅੱਗੇ ਵਧਣਗੀਆਂ। ਸੋਚੋ ਯਾਰ, ਇੱਕ ਕੜੀ ਵਰਗਾ ਜਵਾਨ ਮਿੰਟਾਂ 'ਚ ਮਿੱਟੀ ਕਰਕੇ ਰੱਖਤਾ, ਦੋ ਵਿਚਾਰੇ ਛੋਟੇ ਛੋਟੇ ਜਵਾਕ ਹੈ, ਉਹ ਬਾਹਰਲੇ ਮੁਲਕ ਬੈਠੇ ਹੈ, ਸੋ ਸੋਚੋ ਫੈਸਲਾ ਲੋਕਾਂ ਨੇ ਕਰਨਾ ਹੈ, ਅਤੇ ਫੈਸਲਾ ਅੱਗੇ ਲੱਗੇ ਹੋਏ ਪ੍ਰਬੰਧਕਾਂ ਨੇ ਕਰਨਾ ਹੈ ਕਿ ਜੇ ਤੁਸੀਂ ਜਿਹੜੀ ਕਬੱਡੀ ਦੇ ਸਿਰ 'ਤੇ ਤੁਸੀਂ ਇੱਥੋਂ ਤੱਕ ਗਏ ਆ, ਅੱਜ ਉਸ ਕਬੱਡੀ ਨੂੰ ਬਚਾਉਣ ਲਈ ਤੁਸੀਂ ਚੁੱਪ ਹੈ, ਖਬਰ ਤੁਸੀਂ ਵੀ ਇੱਕ ਦਿਨ ਇਸ ਮਾਂ ਖੇਡ ਕਬੱਡੀ ਦੇ ਗਦਾਰ ਕਹਾਉਂਗੇ। ਮੇਰੀ ਗੱਲ ਯਾਦ ਰੱਖਿਓ, ਲਾਣ ਤਾਂ ਤੁਹਾਨੂੰ ਵੀ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਨੇ ਪਾਉਣਾ, ਕਿ ਜਦੋਂ ਇੰਨਾ ਕੁਛ ਹੋ ਰਿਹਾ ਸੀ ਕਬੱਡੀ ਦੇ ਵਿੱਚ ਤਾਂ ਉਦੋਂ ਅੱਗੇ ਲੱਗੇ ਹੋਏ ਬੰਦੇ ਕਿਉਂ ਨਹੀਂ ਬੋਲੇ, ਕਿਉਂ ਚੁੱਪ ਰਹੇ ਯਾਰ, ਕਿਉਂ ਨਹੀਂ ਇਕੱਠੇ ਹੋ ਕੇ ਅਸੀਂ ਇਹ ਗੱਲ ਕਰਦੇ। ਅੱਡੋ ਅੱਡੀ ਫੈਡਰੇਸ਼ਨਾਂ ਬਣਾ ਲਈਆਂ, ਤੁਹਾਡੀਆਂ ਆਪਸ ਵਿੱਚ ਬਣਦੀ ਨਹੀਂ ਹੈਗੀ, ਉਹਦੀ ਉਸ ਫੈਡਰੇਸ਼ਨ ਨਾਲ ਨਹੀਂ ਬਣਦੀ, ਉਹਦੀ ਉਹਦੇ ਨਾਲ ਨਹੀਂ ਬਣਦੀ, ਉਹਦੇ ਵਿੱਚੋਂ ਗੱਲਾਂ ਨਿਕਲੀਆਂ ਜਾਂਦੀਆਂ ਨੇ। ਚੰਦ ਕੁ ਬੰਦੇ ਨੇ ਜਿਹੜੇ ਕਬੱਡੀ ਨੂੰ ਚਾਹੁੰਦੇ ਆ ਕਿ ਆਪਾਂ ਨਸ਼ਾ ਮੁਕਤ ਕਰ ਦਈਏ, ਗੈਂਗਸਟਰ ਤੋਂ ਮੁਕਤ ਕਰਾ ਦਈਏ, ਚੰਗੇ ਖਿਡਾਰੀ ਪੈਦਾ ਕਰੀਏ, ਇਹਨੂੰ ਪ੍ਰਫੁੱਲਿਤ ਕਰੀਏ, ਉੱਪਰ ਵੱਲ ਲੈ ਕੇ ਜਾਈਏ, ਥੋੜ੍ਹੇ ਬੰਦੇ ਨੇ। ਅਸਲ ਇਹ ਕਬੱਡੀ ਧੰਦਾ ਬਣ ਗਈ, ਇੱਕ ਕਾਰੋਬਾਰ ਬਣ ਗਿਆ, ਇੱਕ ਵਪਾਰ ਬਣ ਗਿਆ, ਪੈਸੇ ਕਮਾਉਣ ਦਾ ਸਾਧਨ ਬਣ ਗਿਆ, ਖੇਡ ਰਹੀ ਨਹੀਂ। ਇਸ ਕਰਕੇ ਸੱਚ ਨੂੰ ਕਹਿਣ ਦੀ ਯੁਰਤ ਰੱਖੋ, ਕੋਈ ਫਰਕ ਨਹੀਂ ਪੈਂਦਾ ਯਾਰ। ਜੇ ਤੁਹਾਡੀ ਲਿਖੀ ਹੈ, ਜੇ ਸੱਚ ਬੋਲ ਕੇ ਵੀ ਤੁਸੀਂ ਮਰਨਾ ਹੈ, ਤਾਂ ਫਿਰ ਇਹ ਪਰਮਾਤਮਾ ਨੂੰ ਜਿਹੜਾ ਮਨਜ਼ੂਰ ਆ ਉਹੀ ਹੋਣਾ ਹੁੰਦਾ। ਥੱਲੇ ਤੁਸੀਂ ਟਿੱਪਣੀਆਂ ਕਰ ਰਹੇ ਹੋ, ਮੈਂ ਦੇਖ ਰਿਹਾ ਸੀਗਾ ਰੁਕ ਕੇ ਦੋ ਕੁ ਮਿੰਟ ਕੇ, ਸਹੀ ਗੱਲ ਕਹਿ ਰਿਹਾ ਵੀਰ, ਕੋਈ ਕਹਿੰਦਾ ਬਹੁਤ ਵਧੀਆ ਬਾਈ, ਇੱਕ ਬੋਲਦਾ ਬਾਈ ਤੂੰ ਸੱਚ ਬੋਲਿਆ, ਤੁਸੀਂ ਬੋਲੋ ਨਾ ਯਾਰ। ਮੈਂ ਤਾਂ ਹਮੇਸ਼ਾ ਹੀ ਬੋਲਦਾ ਤੁਰਿਆ, ਮੈਂ ਤਾਂ ਹਰ ਮੁੱਦੇ 'ਤੇ ਬੋਲਦਾ ਤੁਰਿਆ, ਜਦੋਂ ਮੈਨੂੰ ਕਹਾਣੀ ਦੀ ਸੱਚਾਈ ਪਤਾ ਲੱਗੀ ਹੈ ਮੈਂ ਤਾਂ ਬੋਲਦਾ ਤੁਰਿਆ ਬਾਈ, ਤੁਸੀਂ ਕਦੋਂ ਬੋਲਣਾ ਸ਼ੁਰੂ ਕਰੋਗੇ। ਸੋ ਇੰਨੀਆਂ ਬੇਨਤੀਆਂ ਕਰਨੀਆਂ ਸੀ ਅਖੀਰ 'ਤੇ, ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੇਰੀ ਕਹੀ ਹੋਈ ਗੱਲ 'ਤੇ ਅਸਰ ਕਰਦਾ ਕੋਈ ਬੰਦਾ, ਕੋਈ ਫੈਡਰੇਸ਼ਨ, ਕੋਈ ਕਲੱਬ, ਕੋਈ ਕੋਚ, ਕੋਈ ਪ੍ਰਬੰਧਕ, ਕੋਈ ਖਿਡਾਰੀ ਅਸਰ ਕਰਦਾ, ਕੋਈ ਬੋਲੂਗਾ, ਜਾਂ ਬਸ ਠੀਕ ਹੈ ਚਾਰ ਦਿਨ ਮਾਤਮ ਮਨਾਇਆ, ਚਾਰ ਦਿਨ ਉਹਦੀਆਂ ਫੋਟੋਆਂ ਪਾਤੀਆਂ, ਉਦੋਂ ਬਾਅਦ ਕੰਮ ਫਿਰ ਚੱਲ ਪੂਗਾ, ਜਾਂ ਚਾਰ ਦਿਨ ਦਸ ਦਿਨ ਮੈਚ ਬੰਦ ਰੱਖ ਲਏ ਬਸ ਚੱਲੀ ਜਾਓ ਕੰਮ, ਦੇਖਦੇ ਹਾਂ। ਮੈਨੂੰ ਲੱਗਦਾ ਕਿ ਹਲੇ ਇੰਨੀ ਵੀ ਪੰਜਾਬੀਆਂ ਦੀ ਅਣਖ ਹੈ ਜਿਹੜੀ ਉਹ ਗਈ ਗੁਜਰੀ ਨਹੀਂ ਹੈਗੀ, ਹਲੇ ਕੁਛ ਬੰਦਿਆਂ 'ਚ ਜਿਉਂਦੀ ਜਾਗਦੀ ਹੋਣੀ ਹੈ ਯਾਰ, ਜਿਹੜੇ ਬੋਲਣਗੇ ਹਲੇ। ਸਾਰੇ ਬੰਦੇ ਮੈਂ ਸੁਣ ਰਿਹਾ ਗੱਲ ਦਾ, ਮੈਂ ਤਾਂ ਨਹੀਂ ਬੋਲਿਆ, ਇਸ ਕਰਕੇ ਮੈਂ ਸੁਣ ਰਿਹਾ ਗੱਲ ਦਾ ਕਿ ਯਾਰ ਵੱਖ ਵੱਖ ਕਬੱਡੀ ਨਾਲ ਜੁੜੇ ਹੋਏ ਖਿਡਾਰੀ ਵੀ ਬੋਲੇ ਹੈ, ਕਬੱਡੀ ਨਾਲ ਜੁੜੇ ਹੋਏ ਕੋਚ ਵੀ ਬੋਲੇ ਨੇ, ਪ੍ਰਬੰਧਕ ਵੀ ਬੋਲੇ ਨੇ, ਸਾਰੇ ਬੋਲੇ ਨੇ ਬਾਈ, ਪ੍ਰਮੋਟਰ ਵੀ ਬੋਲੇ ਨੇ ਬੰਦੇ, ਪਰ ਉਹ ਗੱਲਾਂ ਨੂੰ ਗੋਲ ਕਰਕੇ ਗੋਲਾਂ ਦੇ ਮਿੱਟੀ ਝਾੜਤੀ, ਖਾਨਾ ਪੂਰਤੀ ਕਰਤੀ, ਅਸਲ ਗੱਲ ਨਹੀਂ ਦੱਸੀ ਕਿ ਕਬੱਡੀ ਨੂੰ ਆ ਦੋ ਚੀਜ਼ਾਂ, ਨਸ਼ਾ ਅਤੇ ਗੈਂਗਵਾਰ, ਆ ਜਿਹੜਾ ਗੈਂਗਸਟਰਵਾਦ ਆ, ਇਹ ਦੋਨਾਂ ਚੀਜ਼ਾਂ ਨੇ ਕਬੱਡੀ ਨੂੰ ਖਤਮ ਕੀਤਾ, ਔਰ ਖਤਮ ਹੋ ਰਹੀ ਹੈ ਕਬੱਡੀ,
ਹੋਈ ਗਈ, ਹੋਏ ਪਿਆ ਕੰਮ, ਰਹਿ ਗਈ ਕਬੱਡੀ ਦੇ ਪੱਲੇ। 30-40 ਲੱਖ ਰੁਪਈਆ ਲੋਕ ਇਕੱਠਾ ਕਰਕੇ ਕੋਈ ਬਾਹਰੋਂ ਭੇਜਦਾ, ਕੋਈ ਪਿੰਡਾਂ ਚੋਂ ਇਕੱਠੇ ਕਰਦਾ, 30-40 ਲੱਖ ਰੁਪਈਆ ਲੋਕ ਲਾਉਂਦੇ ਆ ਇੱਕ ਟੂਰਨਾਮੈਂਟ 'ਤੇ ਲੋਕਾਂ ਨੇ ਦੇਖਣ ਲਈ। ਪ੍ਰੋ ਕਬੱਡੀ 'ਚ ਆਪਾਂ ਦੇਖ ਰਹੇ ਹਾਂ ਕੀ ਹੋ ਰਿਹਾ। ਇੱਕ ਬਾਈ ਲਿਖਦਾ ਕਿ ਇਹਨੂੰ ਠੱਲ ਕਿਵੇਂ ਪਊ। ਠੱਲ ਬਾਈ ਹੈ ਇਹ, ਜਦੋਂ ਜਿਹੜਾ ਜਾਣਦਾ ਹੋਇਆ ਬੰਦਾ ਨਹੀਂ ਬੋਲਦਾ, ਸਾਰੀ ਕਹਾਣੀ ਪਤਾ। ਕੱਲ੍ਹ ਸੰਦੀਪ ਦਾ ਲੈ ਮੈਂ ਸ਼ਰਤ ਕਰਦਾ, ਸੰਦੀਪ ਦੇ ਕਤਲ ਬਾਰੇ ਜਿੰਨੇ ਉੱਥੇ ਖੇਡਦੇ ਖਿਡਾਰੀ ਸੀ ਪਤਾ ਹੋਊ ਬਹੁਤਿਆਂ ਨੂੰ ਵਿੱਚੋਂ ਗੱਲ ਦਾ, ਬਹੁਤੇ ਕੋਚਾਂ ਨੂੰ ਪਤਾ, ਪ੍ਰਬੰਧਕਾਂ ਪ੍ਰਮੋਟਰਾਂ ਨੂੰ ਪਤਾ ਕਿ ਕਹਾਣੀ ਸੰਦੀਪ ਦਾ ਕਤਲ ਕਿਉਂ ਹੋਇਆ, ਇਹਦੇ ਪਿੱਛੇ ਕੀ ਵਜ੍ਹਾ ਪਤਾ ਇਹ, ਪਰ ਨਹੀਂ ਬੋਲਣਗੇ। ਹਰ ਬੰਦੇ ਨੂੰ ਆਪਣੀ ਜਾਨ ਪਿਆਰੀ, ਮੈਂ ਆਪਣਾ ਮਾਸ ਬਚਾਵਾਂ, ਮੈਂ ਕੀ ਲੈਣਾ ਯਾਰ ਕਿਸੇ ਤੋਂ, ਨਹੀਂ ਬੋਲਣਗੇ ਬਾਈ। ਸੋ ਬਸ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਅਖੀਰ 'ਤੇ ਕਹਿਣਾ, ਦੇਖਦੇ ਹਾਂ ਕੋਈ ਨਹੀਂ ਬੋਲਦਾ ਤਾਂ ਪੰਜਾਬ ਦੇ ਲੋਕੋ, ਜੇ ਤੁਸੀਂ ਸਮਝਦੇ ਹੋ ਕਿ ਸਾਡੀ ਮਾਂ ਖੇਡ ਕਬੱਡੀ ਹੈ, ਇਹ ਬਚਣੀ ਚਾਹੀਦੀ ਹੈ, ਜਿਉਂਦੀ ਰਹਿਣੀ ਚਾਹੀਦੀ ਹੈ, ਇਹ ਵਧਣੀ ਫੁੱਲਣੀ ਚਾਹੀਦੀ ਹੈ, ਪ੍ਰਫੁੱਲਤ ਹੋ ਕੇ ਪੂਰੀ ਦੁਨੀਆਂ 'ਚ ਫੈਲਣੀ ਚਾਹੀਦੀ ਹੈ, ਮਾਣ ਸਨਮਾਨ ਪੰਜਾਬੀਆਂ ਦਾ ਬਚਿਆ ਰਹਿਣਾ ਚਾਹੀਦਾ। ਤਾਂ ਬਾਈ ਤੁਹਾਨੂੰ ਬੋਲਣਾ ਪੈਣਾ, ਆਪਦੇ ਤੌਰ 'ਤੇ ਖੁੱਲ੍ਹ ਕੇ ਬੋਲਣਾ, ਨਹੀਂ ਤਾਂ ਫਿਰ ਸਮਾਂ ਖਤਮ ਹੀ ਆ ਕਬੱਡੀ ਦਾ। ਹੁਣ ਤੁਸੀਂ ਦੇਖ ਲਿਓ ਬਹੁਤਿਆਂ ਨੇ ਖੇਡਣੋਂ ਹਟ ਜਾਣਾ, ਨਵਿਆਂ ਨੇ ਇੱਧਰ ਨੂੰ ਆਉਣਾ ਹੀ ਨਹੀਂ, ਅਲੱਗ ਨਾ ਛੱਡ ਪਰੇ ਯਾਰ, ਮਿਹਨਤ ਵੀ ਕਰ ਲਈ, ਮੂਹਰੇ ਜਾ ਕੇ ਖੇਡਣਾ ਤਾਂ ਕਿਸੇ ਬਦਮਾਸ਼ ਦੇ ਧਮਕੀ ਨਾਲ ਹੀ ਪੈਣਾ ਵੀ ਇੱਧਰ ਖੇਡ ਉੱਧਰ ਖੇਡ। ਬਾਹਰ ਲੈਣੇ ਜਿਹੜੇ ਬਾਹਰ ਪੱਕੇ ਪੁਰਾਣੇ ਖਿਡਾਰੀ ਖੇਡਦੇ ਆ ਬਾਹਰ ਪੱਕੇ ਆ, ਜਾਂ ਉਹਨਾਂ ਨੇ ਬਾਹਰ ਨੂੰ ਭੱਜ ਜਾਣਾ। ਇੱਕ ਵੀਰ ਲਿਖਦਾ ਕਿ ਬਾਹਰ ਬੱਚੀ ਰਹੂ ਕਬੱਡੀ, ਬਾਹਰ ਬਾਹਰ ਵੀ ਕਿੱਥੇ ਬੱਜੀ ਰਹੂ, ਬਾਹਰ ਵੀ ਤਾਂ ਆਪਣੇ ਨਾਲ ਹੀ ਬੈਠੇ ਆ, ਬੈਠਤਾ ਹੀ ਨੇ ਉੱਥੇ। ਇੱਕ ਮੈਂ ਤੁਹਾਨੂੰ ਇਹ ਵਾਕਾ ਸੁਣਾ ਦਿੰਦਾ, ਮੇਰਾ ਦੋਸਤ ਹੀ ਮੁੰਡਾ ਖੇਡਣ ਗਿਆ 2008-09 ਦੀ ਗੱਲ ਆ, ਉਹ ਕਹਿੰਦਾ ਬਾਈ ਉੱਥੇ ਮੈਨੂੰ ਕਲੱਬ ਵਾਲੇ ਨੇ ਕਿਸੇ ਨੇ ਕਹਿੰਦਾ ਮੈਂ ਮਾੜਾ ਜਿਹਾ ਹੋ ਗਿਆ ਦੂਜੇ ਮੈਚ 'ਚ, ਪਤਾ ਨਹੀਂ ਕਹਿੰਦਾ ਪਾਣੀ 'ਚ ਕੀ ਮੈਨੂੰ ਘੋਲ ਕੇ ਦਿੱਤਾ, ਪਿਆ ਕੇ ਦਿੱਤਾ, ਕਹਿੰਦਾ ਮੈਂ ਫਿਰ ਪੂਰਾ ਕਾਇਮ ਹੋ ਗਿਆ। ਕਹਿੰਦਾ ਲਗਾਤਾਰ ਮੈਨੂੰ ਕਈ ਟੂਰਨਾਮੈਂਟ 'ਤੇ ਐਂ ਕੁਛ ਮੈਨੂੰ ਨਹੀਂ ਪਤਾ ਲੱਗਿਆ ਵੀ ਪਾਣੀ 'ਚ ਕੀ ਪਾਉਂਦੇ ਸੀ, ਕੀ ਦਿੰਦੇ ਰਹੇ, ਕਹਿੰਦਾ ਮੈਂ ਐਂ ਖੇਡਦਾ ਰਿਹਾ। ਕਹਿੰਦਾ ਕਈ ਟੂਰਨਾਮੈਂਟ ਖੇਡਣ ਤੋਂ ਬਾਅਦ ਮੇਰਾ ਅੰਦਰ ਪੱਟਿਆ ਗਿਆ, ਕਹਿੰਦਾ ਮੈਂ ਬਿਮਾਰ ਹੋ ਗਿਆ। ਕਹਿੰਦਾ ਫਿਰ ਜੇ ਮੈਂ ਆਉਂਦੇ ਨੂੰ ਦੱਸਿਆ ਤਾਂ ਮੈਂ ਟਿਕਟ ਲੈ ਕੇ ਚੜ੍ਹਨਾ ਸੀ ਵੀ ਤੈਨੂੰ ਅਸੀਂ ਕੀ ਖਵਾਉਂਦੇ ਰਹੇ ਹਾਂ, ਕਾਹਦੇ ਲਈ ਯਾਰ, ਸਿਰਫ ਇੰਨਾ ਵੀ ਹਾਂ ਸਾਡਾ ਕਲੱਬ, ਸਾਡੀ ਕਲੱਬ ਨਹੀਂ ਹਾਰਨੀ ਚਾਹੀਦੀ, ਸਾਡੀ ਟੀਮ ਨਹੀਂ ਹਾਰਨੀ ਚਾਹੀਦੀ, ਤੁਸੀਂ ਇੱਕ ਬੰਦੇ ਦੀ ਜ਼ਿੰਦਗੀ ਦਾ ਅੱਤ ਲਾ ਦਿੰਦੇ ਹਾਂ ਜਾਂ ਸਿਰਫ ਪੈਸਾ ਕਮਾਉਣ ਦੀ ਖਾਤਰ। ਬਾਰ ਬੂਰ ਵੀ ਬਚਣੀ ਨਹੀਂ ਬਾਈ, ਬਾਹਰ ਵੀ ਇੱਥੋਂ ਵਾਲੇ ਵੱਡੀਆਂ ਉੱਥੇ ਗਰਜਾਂ ਬੈਠੀਆਂ ਨੇ, ਘੱਟ ਕੋਈ ਨਹੀਂ ਇੱਥੇ ਹੈਗਾ, ਹੈਗੇ ਮੈਂ ਸਾਰਿਆਂ ਨੂੰ ਪੰਜੇ ਉਂਗਲਾਂ ਨਹੀਂ ਇੱਕੋ ਜਿਹੀਆਂ ਮੈਂ ਮੰਨਦਾ, ਚੰਗੇ ਬੰਦੇ ਬਥੇਰੇ ਹੈਗੇ ਨੇ, ਚੰਦ ਕੁ ਬੰਦਿਆਂ ਨੇ ਮੈਂ ਨਾਂ ਨਸ਼ਰ ਕਰ ਸਕਦਾ, ਸੁਰਜਨ ਸਿੰਘ ਚੱਠੇ ਵਰਗੇ ਨੇ, ਸੁੱਖੀ ਤੋਂ ਕਈ ਬੰਦਿਆਂ ਨੇ ਕੋਸ਼ਿਸ਼ਾਂ ਕੀਤੀਆਂ, ਜਸਪਾਲ ਬਾਂਗਰ ਬਿੱਟੂ ਜਾਂ ਸ਼ਾਇਦ ਸੰਦੀਪ ਨੰਗਲੰਬੀਆਂ ਵੀ, ਮੈਨੂੰ ਲੱਗਦਾ ਕਿ ਹੋ ਸਕਦਾ ਕਿ ਇਹ ਵੀ ਚਿੱਟੇ ਨੂੰ ਨਸ਼ੇ ਨੂੰ ਰੋਕਣ ਦੀ ਗੱਲ ਜਿਹੜੀ ਕਰਦਾ ਹੋਵੇ ਕਬੱਡੀ ਦੇ ਵਿੱਚ। ਕਹਾਣੀ ਫਿਰ ਉੱਥੇ ਦੀ ਉੱਥੇ ਆ ਖੜਦੀ ਹੈ, ਸਵੱਜ ਵੀ ਨਾ ਬੋਲੇ ਮੈਂ ਫਿਰ ਕਹਿਣਾ, ਫਿਰ ਬੜਾ ਨੁਕਸਾਨ ਖਾਵਾਂਗੇ ਬਾਈ। ਧੰਨਵਾਦ ਸਾਰਿਆਂ ਦਾ।